ਬਦਮਾਸ਼ ਅੱਖ ਵਿਖਾਵੇ ਤੇ ਉਹਦੇ ਸਾਹਮਣੇ ਦੌਲਤ ਨੇ ਢੇਰ ਲਾ ਦਿੰਦੇ ਹੋ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰੇ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਹਸਬੇ ਮਾਮੂਲ ਸੁਲਤਾਨ ਰਾਏ ਦੀ ਬੜੀ ਹੀ ਜ਼ਬਰਦਸਤ ਔਰ ਸ਼ਾਨਦਾਰ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਆਇਆ ਔਰ ਇਸ ਫਿਲਮ ਨੂੰ ਬੜੀ ਸਰਚ ਤੋਂ ਬਾਅਦ, ਬੜੀ ਤਲਾਸ਼ ਤੋਂ ਬਾਅਦ ਮੈਂ ਤੁਹਾਡੇ ਲਈ ਹਾਸਲ ਕੀਤਾ। 28 ਦਸੰਬਰ 1979 ਬਰੋਜ਼ ਜੁਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਔਰ ਕਾਮਯਾਬ ਫਿਲਮ ਮਚਲੇ ਖਾਨ। ਇਹ ਆਪਣੇ ਦੌਰ ਦੀ ਸੁਪਰਹਿੱਟ ਫਿਲਮ ਸੀ। ਅਦਾਕਾਰ ਸੁਲਤਾਨ ਰਾਏ, ਆਸੀਆ, ਇਕਬਾਲ ਹਸਨ, ਨਜਮਾ, ਮੁਸਤਫਾ ਕੁਰੇਸ਼ੀ, ਅਨੀਤਾ, ਬਹਾਰ ਬੇਗਮ, ਅਦੀਬ ਤੇ ਰੰਗੀਲਾ। ਹਦਾਇਤ ਨਸੀਮ ਹੈਦਰ ਸ਼ਾਹ, ਫਿਲਮ ਸਾਜ਼ ਮਸੂਦ ਸਰਵਰ, ਮੁਸੰਨਿਫ ਨਾਸਰ ਅਦੀਬ ਤੇ ਮਿਊਜ਼ਿਕ ਨਜ਼ੀਰ ਅਲੀ। ਜ਼ਿੰਦਗੀ ਛੱਡ ਕੇ ਸਭ ਕੁਝ ਆਪਣੀ ਮਾਂ ਦੇ ਪੈਰ ਰੱਖੇ। ਨਾਜ਼ਰੀਨ, ਇਸ ਫਿਲਮ ਵਿੱਚ ਸੁਲਤਾਨ ਰਾਏ ਨੇ ਮਚਲੇ ਖਾਨ ਦਾ ਟਾਈਟਲ ਰੋਲ ਅਦਾ ਕੀਤਾ ਹੈ। ਤਿੱਲੇ ਵਾਲੀ ਟੋਪੀ ਪਾ ਕੇ, ਪਠਾਣਾ ਦਾ ਸਟਾਈਲ ਬਣਾ ਕੇ ਸੁਲਤਾਨ ਰਾਏ ਨੇ ਸ਼ਾਨਦਾਰ ਐਕਟਿੰਗ ਦਾ ਮੁਜ਼ਾਹਰਾ ਕੀਤਾ ਹੈ। ਔਰ ਹਸਬੇ ਮਾਮੂਲ ਇਸ ਫਿਲਮ ਵਿੱਚ ਵੀ ਸੁਲਤਾਨ ਰਾਏ ਨੇ ਬਦਮਾਸ਼ ਦਾ ਰੋਲ ਕੀਤਾ ਹੈ, ਜਿਹੜਾ ਅਮੀਰਾਂ ਨੂੰ ਲੁੱਟ ਕੇ ਮਾਲ ਗਰੀਬਾਂ 'ਚ ਤਕਸੀਮ ਕਰਦਾ ਹੈ। ਇਸ ਫਿਲਮ ਵਿੱਚ ਆਸੀਆ ਨੇ ਮਚਲੇ ਖਾਨ ਦੀ ਮੰਗੇਤਰ ਦਾ ਕਿਰਦਾਰ ਅਦਾ ਕੀਤਾ ਹੈ, ਜਿਸ ਦਾ ਨਾਮ ਛੰਮੋ ਆਉਂਦਾ ਹੈ। ਆਸੀਆ ਨੇ ਵੀ ਬੜੀ ਸ਼ਾਨਦਾਰ ਐਕਟਿੰਗ ਦਾ ਮੁਜ਼ਾਹਰਾ ਕੀਤਾ ਹੈ। ਰੰਗੀਲੇ ਨੇ ਅੱਛੀ ਕਾਮੇਡੀ ਕੀਤੀ ਹੈ, ਬਹਾਰ ਬੇਗਮ ਤੇ ਵੈਸੀ ਪੂਰੀ ਫਿਲਮ ਵਿੱਚ ਛਾਈ ਰਹੀ ਹੈ। ਔਰ ਅਦੀਬ ਨੇ ਲਾਵਾ ਦੇ ਰੂਪ ਵਿੱਚ, ਲਾਵਾ ਬਦਮਾਸ਼ ਦੇ ਰੂਪ ਵਿੱਚ ਬੜੀ ਅੱਛੀ ਐਕਟਿੰਗ ਦਾ ਮੁਜ਼ਾਹਰਾ ਕੀਤਾ ਹੈ। ਔਰ ਅਸਬੇ ਮਾਮੂਲ ਜਿਸ ਤਰ੍ਹਾਂ ਅਦੀਬ ਹਰ ਫਿਲਮ ਵਿੱਚ ਅੱਛਾ ਕੰਮ ਕਰਦਾ ਹੈ, ਮਚਲੇ ਖਾਨ ਵਿੱਚ ਅਦੀਬ ਨੇ ਅੱਛਾ ਕੰਮ ਕੀਤਾ ਹੈ, ਸੁਲਤਾਨ ਰਾਏ ਨੇ ਵੀ ਬਹੁਤ ਅੱਛਾ ਕੰਮ ਕੀਤਾ ਹੈ। ਬਖਸ਼ੂ ਮੁਸਤਫਾ ਕੁਰੇਸ਼ੀ ਨੇ ਬਖਸ਼ੂ ਗੈਂਗ ਦੇ ਸਰਬਰਾਹ ਦਾ ਕਿਰਦਾਰ ਅਦਾ ਕੀਤਾ ਹੈ, ਜਿਸ ਦਾ ਕਾਰਿੰਦਾ ਲਾਵਾ ਅਦੀਬ ਹੁੰਦਾ ਹੈ। ਅਲਿਆਸ ਕਸ਼ਮੀਰੀ ਨੇ ਇਸ ਫਿਲਮ ਵਿੱਚ ਇੱਕ ਅਯਾਸ਼ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਅਸੀਨ ਕੁੜੀਆਂ ਦਾ ਸ਼ਦਾਈ ਹੁੰਦਾ ਹੈ। ਔਰ ਨਾਜ਼ਰੀਨ, ਜਦੋਂ ਸੁਲਤਾਨ ਰਾਏ ਦੀ ਭੈਣ ਦੀ ਸ਼ਾਦੀ ਦਾ ਮੌਕਾ ਆਉਂਦਾ ਹੈ ਤੇ ਸੁਲਤਾਨ ਰਾਏ ਮਚਲੇ ਖਾਨ ਆਪਣੀ ਵਾਲਦਾ ਨੂੰ ਕੁਛ ਰਕਮ ਦੇਣਾ ਚਾਹੁੰਦਾ ਹੈ, ਲੇਕਿਨ ਵਾਲਦਾ ਇਹ ਕਹਿ ਕੇ ਇਨਕਾਰ ਕਰ ਦਿੰਦੀ ਹੈ ਕਿ ਇਹ ਤੇਰੀ ਹਰਾਮ ਦੀ ਕਮਾਈ ਹੈ ਤੇ ਹਰਾਮ ਦੀ ਕਮਾਈ ਨਾਲ ਮੈਂ ਆਪਣੀ ਧੀ ਨੂੰ ਰੁਖਸਤ ਨਹੀਂ ਕਰਾਂਗੀ। ਮਚਲੇ ਖਾਨ ਆਪਣੀ ਮਾਂ ਦੇ ਨਾਲ ਵਾਅਦਾ ਕਰਦਾ ਹੈ, ਮਾਂ ਜਿਹੜੀ ਬਹਾਰ ਬੇਗਮ ਹੁੰਦੀ ਹੈ ਉਹਦੇ ਨਾਲ ਵਾਅਦਾ ਕਰਦਾ ਹੈ ਕਿ ਮਾਂ ਮੈਂ ਆਪਣੇ ਹੱਕ ਲਾਲ ਦੀ ਕਮਾਈ ਦੇ ਨਾਲ ਆਪਣੀ ਭੈਣ ਨੂੰ ਰੁਖਸਤ ਕਰਾਂਗਾ ਔਰ ਬਦਮਾਸ਼ੀ ਛੋੜ ਕੇ ਮਿਹਨਤ ਮਜ਼ਦੂਰੀ ਕਰਦਾ ਹੈ ਔਰ ਮਿਹਨਤ ਮਜ਼ਦੂਰੀ ਦੇ ਨਾਲ ਅੱਛੀ ਖਾਸੀ ਰਕਮ ਇਕੱਠੀ ਕਰ ਲੈਂਦਾ ਹੈ। ਨਾਜ਼ਰੀਨ, ਇਸ ਫਿਲਮ ਵਿੱਚ ਰੰਗੀਲੇ ਨੇ ਬਹੁਤ ਹੀ ਸ਼ਾਨਦਾਰ ਕਾਮੇਡੀ ਦਾ ਮੁਜ਼ਾਹਰਾ ਕੀਤਾ ਹੈ। ਮੇਰੇ ਤੇ ਮਰ ਗਈ ਬੜੀ ਲਚਕ। ਇਧਰ ਮਚਲੇ ਖਾਨ ਬਦਮਾਸ਼ੀ ਛੋੜ ਦਿੰਦਾ ਹੈ ਤੇ ਬਦਮਾਸ਼ੀ ਛੋੜ ਕੇ ਮਿਹਨਤ ਮਜ਼ਦੂਰੀ ਸ਼ੁਰੂ ਕਰ ਦਿੰਦਾ ਹੈ, ਲੇਕਿਨ ਰੰਗੀਲਾ ਮਚਲੇ ਖਾਨ ਬਣ ਕੇ ਲੋਕਾਂ ਕੋਲੋਂ ਮਚਲੇ ਖਾਨ ਦੇ ਨਾਂ ਦਾ ਪੱਥਾ ਵਸੂਲ ਕਰਦਾ ਹੈ। ਮਚਲੇ ਖਾਨ ਫਿਲਮ ਦੇ ਵਿੱਚ ਗਜ਼ਲ ਨੇ, ਜਿਹੜੀ ਕਿ ਉਸ ਦੌਰ ਦੀ ਨਵੀਂ ਐਕਟਰ ਸੀ, ਉਸਨੇ ਮਚਲੇ ਖਾਨ ਦੀ ਭੈਣ ਦਾ ਕਿਰਦਾਰ ਅਦਾ ਕੀਤਾ ਹੈ ਤੇ ਉਹਦਾ ਨਾਮ ਬਾਨੋ ਹੁੰਦਾ ਹੈ। ਨਾਜ਼ਰੀ, ਮਚਲੇ ਖਾਨ ਆਪਣੇ ਦੌਰ ਦੀ ਇੱਕ ਨਿਹਾਇਤ ਹੀ ਸ਼ਾਨਦਾਰ ਫਿਲਮ ਹੈ, ਅੱਛੀ ਕਹਾਣੀ ਹੈ, ਅੱਛੀ ਸਟੋਰੀ ਹੈ। ਔਰ ਨਾਜ਼ਰੀਨ, ਡਾਇਰੈਕਟਰ ਨੇ ਫਿਲਮ ਮਚਲੇ ਖਾਨ ਨੂੰ ਬੜੇ ਅੱਛੇ ਐਂਗਲ ਨਾਲ ਔਰ ਬੜੀ ਅੱਛੀ ਡਾਇਰੈਕਸ਼ਨ ਦੇ ਨਾਲ ਬੁਲਾਇਆ ਹੈ। ਔਰ ਨਾਜ਼ਰੀਨ, ਤੁਹਾਨੂੰ ਮੈਂ ਇਹ ਵੀ ਦੱਸਦਾ ਜਾਵਾਂ ਕਿ ਇਹ ਫਿਲਮ ਤੁਹਾਨੂੰ ਯੂਟਿਊਬ 'ਤੇ ਨਹੀਂ ਮਿਲੇਗੀ।
اور ناظرین دفعہ پھر عرض کر رہے ہیں کہ بڑی سرچ تو بعد اس فلم دے بارے چ میں معلومات حاصل کیتی ہے. اگر تو میری معلومات اچھی لگی ہوئے میرے چینل نو لائک کرو، سبسکرائب کرو تے شیئر کرو.